ਸਾਡੇ ਨਾਲ ਪੰਜਾਬ ਦੇ ਵਜ਼ੀਰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਸਵਾਗਤ ਹੈ ਜੀ ਆਪ ਜੀ ਦਾ। ਬਾਜਵਾ ਸਾਹਿਬ, ਇਸ ਵੇਲੇ ਇਲੈਕਸ਼ਨ ਦਾ ਜੋ ਮਾਹੌਲ ਹੈ ਭਖਿਆ ਪਿਆ, ਕਿਉਂਕਿ ਹੋਰ ਸੀਟ ਬਣੀ ਹੋਈ ਹੈ ਗੁਰਦਾਸਪੁਰ, ਇਸ ਸੀਟ ਨੂੰ ਲੈ ਕੇ ਕੀ ਕਹਿੰਦੇ? ਜੀ, ਸੀਟ ਅਸੀਂ ਕਾਂਗਰਸ ਵਾਲਾ ਛਾਣਾ ਛਕਣਾ ਜਿੱਤਾਂਗੇ, ਕੋਈ ਹਾਰਟ ਨਹੀਂ, ਬੜੀ ਵਧੀਆ ਸੀਟ ਹੈ, ਬੜਾ ਵਧੀਆ ਕੰਪੇਨ ਚੱਲ ਰਿਹਾ ਸਾਡਾ, ਕੋਈ ਮਸਲਾ ਨਹੀਂ। ਕਿਹਾ ਜਾ ਰਿਹਾ ਕਿ ਇਸ ਗੁਰਦਾਸਪੁਰ ਦੇ ਵਿੱਚ ਤਿੰਨ ਜਿਹੜੇ ਮਿਨਿਸਟਰ ਨੇ ਸਾਡੇ ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਦੇ, ਔਰ ਉਹਦੇ ਬਾਵਜੂਦ ਵੀ ਜਿਹੜੀ ਵਿਰੋਧੀ ਧਿਰ ਆ ਉਹ ਕਹਿੰਦੀ ਪਈ ਹੈ ਕਿ ਸਨੀ ਦਿਓਲ ਜਿਹੜਾ ਵਾ ਉਹ ਹੈਵੀ ਚੱਲ ਰਿਹਾ। ਵਿਰੋਧੀ ਧਿਰ ਹੀ ਕਹਿ ਰਹੀ ਹੈ ਨਾ, ਇਹ ਤਾਂ ਰਿਜ਼ਲਟ ਦੱਸ ਦੂਗਾ ਕਿ ਕਿੰਨਾ ਕੁ ਹੈਵੀ ਆ। ਇਹ ਤਾਂ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਨੇ, ਕੋਈ ਪਰਮਾਤਮਾ ਮਿਹਰ ਕਰੇਗਾ, ਜਾਖੜ ਸਾਹਿਬ ਬੜੀ ਸ਼ਾਨੋ ਸ਼ੌਕਤ ਨਾਲ ਜਿੱਤ। ਕੱਲ੍ਹ ਜਿਵੇਂ ਅਮਿਤ ਸ਼ਾਹ ਦੀ ਰੈਲੀ ਸੀ ਪਠਾਨਕੋਟ, ਔਰ ਉਹਦੇ ਵਿੱਚ ਜਿਹੜੇ ਅਕਾਲੀ ਦਲ ਹੈ ਜੀ, ਉਹਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਿਆ, ਉਹ ਵੀ ਕਾਫੀ ਨਾਰਾਜ਼ ਚੱਲ ਰਹੇ। ਕਾਕਾ, ਇਹ ਉਹਨਾਂ ਦੀ ਇੰਟਰਨਲ ਗੱਲ ਆ, ਉਹ ਦੇਖਣ, ਬਾਕੀ ਸਾਨੂੰ ਕਿਸੇ ਦਾ ਕੋਈ ਐਸੇ ਮਨ 'ਤੇ ਬਹੁਤ ਬੋਝ ਨਹੀਂ ਹੈਗਾ ਕਿ ਐਕਟਰ ਆ ਗਿਆ ਜਾਂ ਗਾਉਣ ਆ ਗਿਆ। ਸਾਡਾ ਜਾਖੜ ਸਾਹਿਬ ਬਹੁਤ ਵਧੀਆ ਇਨਸਾਨ ਹੈ, ਲੋਕ ਉਹਨੂੰ ਪਸੰਦ ਕਰਦੇ ਨੇ, 16 ਮਹੀਨਿਆਂ 'ਚ ਉਹਨੇ ਸਾਬਤ ਕਰਤਾ ਵੀ ਉਹ ਸਹੀ ਮੈਨੇ ਪਾਰਲੀਮੈਂਟ ਜਾਣ ਵਾਲਾ ਉਹ ਬੰਦਾ ਜਿਹੜਾ ਪਾਰਲੀਮੈਂਟ ਜਾ ਕੇ ਬੋਲ ਸਕਦਾ, ਜਿਹੜਾ ਪੰਜਾਬ ਦੀ ਗੱਲ ਕਰ ਸਕਦਾ, ਜਿਹੜੇ ਕਿਸਾਨੀ ਦੀ ਗੱਲ ਕਰ ਸਕਦਾ, ਜਿਹੜਾ ਬਾਰਡਰ ਡਿਸਟ੍ਰਿਕਟਾਂ ਦੀ ਗੱਲ ਕਰ ਸਕਦਾ। ਸਨੀ ਦਿਓਲ ਤਾਂ ਬੰਬੇ 'ਚ ਰਹਿਣ ਵਾਲਾ, ਉਹਨੂੰ ਸਮਝ ਹੀ ਕੋਈ ਨਹੀਂ, ਸੋ ਇਸ ਕਰਕੇ ਕੋਈ ਸਾਡੇ ਮਨ 'ਤੇ ਬੋਝ ਨਹੀਂ। ਕੱਲ੍ਹ ਅਮਿਤ ਸ਼ਾਹ ਇੱਕ ਗੱਲ ਕਹਿ ਕੇ ਗਏ ਨੇ ਕਿ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਮਹਾਤਮਾ ਦਾ ਦਰਜਾ ਦਿੱਤਾ, ਕਿ ਜੇਕਰ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਉਹਨਾਂ ਕਿਹਾ ਕਿ ਇੱਕ ਬਹੁਤ ਹੀ ਮਹਾਤਮਾ ਦੇ ਬਰਾਬਰ ਹੈ। ਦੇਖੋ ਜੀ, ਉਹ ਉਹਨਾਂ ਨੂੰ ਮਹਾਤਮਾ ਕਹੀ ਜਾਂਦੇ, ਉਹਨਾਂ ਨੂੰ ਮਹਾਤਮਾ ਕਹੀ ਜਾਂਦੇ ਨੇ, ਕਹੀ ਜਾਣ, ਸਾਨੂੰ ਕੀ ਫਰਕ ਹੈ, ਸਾਨੂੰ ਤਾਂ ਪਤਾ। ਬਰਗਾੜੀ ਜਾ ਕੇ ਪੁੱਛ ਲਓ, ਮਾਲਵੇ ਜਾ ਕੇ ਪੁੱਛ ਲਓ ਵੀ ਮਹਾਤਮਾ ਕੌਣ। ਪਰ ਉੱਥੇ ਦਾਅਵਾ ਕਰੇ ਕਿ 1,67,000 ਕਰੋੜ ਰੁਪਈਆ ਜਿਹੜਾ ਨਾ ਜੀ, ਪੰਜਾਬ ਕੇਂਦਰ ਨੇ, ਮੋਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ, ਇਹਦੇ 'ਚ ਕੀ ਸੱਚਾਈ? ਕੀ ਦਿੱਤਾ? 1 ਕਰੋੜ, 1,67,000 ਕਰੋੜ, ਇਹ ਕੱਲ੍ਹ ਅਮਿਤ ਸ਼ਾਹ ਕਹਿ ਕੇ ਗਿਆ। ਪਤਾ ਨਹੀਂ ਜੀ, ਬਾਦਲ ਸਾਹਿਬ ਨੂੰ ਸਿੱਧਾ ਦੇ ਤਾ, ਪਤਾ ਨਹੀਂ ਸਾਡੇ ਤਾਂ ਪੰਜਾਬ, ਅਸੀਂ ਤਾਂ ਬਾਬੇ ਨਾਨਕ ਜੀ ਦਾ 550 ਸਾਲਾ ਜਨਮ ਦਿਨ ਮਨਾਉਣਾ, ਸਾਨੂੰ ਅੱਜ ਤੱਕ ਪੰਜਾਬ ਸਰਕਾਰ ਨੂੰ 1 ਨਵਾਂ ਪੈਸਾ ਨਹੀਂ ਦਿੱਤਾ। ਇਹ 1,00,000 ਕਰੋੜ ਕਿੱਥੋਂ ਅਮਿਤ ਸ਼ਾਹ ਨੇ ਕੱਢ ਲਿਆ? ਇੱਕ ਲੱਖ, ਹਾਂਜੀ, ਉਹ ਇੱਥੇ ਗੁਰਦਾਸਪੁਰ ਮੋਦੀ ਸਾਹਿਬ ਆਏ, ਉਹਨਾਂ ਦੇ ਫਿਕਰ ਨਹੀਂ ਚੇਤੇ, ਅਮਿਤ ਸ਼ਾਹ ਨੂੰ ਚੇਤੇ ਆ। ਮੈਂ ਤਾਂ ਦਵਾਈ ਦੇ ਰਿਹਾ ਵੀ ਬਾਬੇ ਨਾਨਕ ਦਾ 550 ਸਾਲਾ ਜਨਮ ਦਿਨ ਹੈ, ਮੋਦੀ ਸਰਕਾਰ ਨੇ 1 ਰੁਪਈਆ ਪੰਜਾਬ ਸਰਕਾਰ ਨੂੰ ਉਸ ਸੰਤ ਦੇ ਦਿਨ ਮਨਾਉਣ ਦਾ ਨਹੀਂ ਦਿੱਤਾ। ਇਹ ਜੋ 1,67,000 ਕਰੋੜ ਦਾ, ਇਹ ਵੀ ਫਿਰ ਜੁਮਲਾ ਹੀ ਹੋ ਗਿਆ ਜੀ? ਬਿਲਕੁਲ ਜੁਮਲਾ, ਜਿਵੇਂ 15-15 ਲੱਖ ਸਾਡੇ ਜੇਬਾਂ 'ਚ ਪੈ ਗਿਆ, ਇਸ ਤਰ੍ਹਾਂ ਹੀ ਇਹ ਪੰਜਾਬ ਕੋਲ ਆ ਗਿਆ। ਜਿਹੜਾ ਇਸ ਵੇਲੇ ਸਨੀ ਦਿਓਲ ਹੈ ਜੀ, ਉਹਦੀਆਂ ਰੈਲੀਆਂ 'ਚ ਜਿਹੜੀ ਭੀੜ ਹੈ, ਜਿਹੜਾ ਰਸ਼ ਹੈ, ਉਹਨੂੰ ਵੇਖ ਕੇ ਬੜੇ ਬਾਗੋ ਬਾਗ ਹੋਏ ਪਏ ਨੇ ਬੀਜੇਪੀ ਵਾਲੇ, ਅਕਾਲੀ ਦਲ ਵਾਲੇ। ਅਤੇ ਖੁਸ਼ ਰਹਿਣ ਦਿਓ, ਸਾਨੂੰ ਕੀ ਇਤਰਾਜ਼ ਹੈ? ਗੁਰਦਾਸਪੁਰ ਦੀ ਰੈਲੀ 'ਚ ਉਹਨਾਂ ਨੇ ਦੇਖਿਆ ਕਿ ਜਿਹੜੀਆਂ ਬੀਜੇਪੀ ਆਪਣੀ ਕਾਂਗਰਸ ਦੀਆਂ ਬਿਲਡਿੰਗਾਂ ਸੀ, ਜਿੱਥੇ ਝੰਡੇ ਵੀ ਲੱਗੇ ਸੀ, ਉਹ ਕਹਿ ਰਹੇ ਕਿ ਕਾਂਗਰਸ ਵਾਲੇ ਵੀ ਉੱਥੋਂ ਵੀਡੀਓ ਦੇ ਵਿੱਚ ਦਿਖਾਈ ਦਿੱਤਾ ਕਿ ਵੀਡੀਓ ਬਣਾ ਰਹੇ ਨੇ ਜਾਂ ਕਰ ਰਹੇ, ਉਹ ਕਹਿੰਦੇ ਵੀ ਉਹ ਵੀ ਹੁਣ ਇੱਧਰ ਆ ਗਏ ਨੇ, ਕਿਉਂਕਿ ਮੈਂ ਕਿਹਾ ਜੀ ਤੁਸੀਂ ਰਿਜ਼ਲਟ ਉਡੀਕ ਲਓ, ਕਿਉਂ ਇੰਨੇ ਕਾਲੇ ਪਏ ਹੋ ਤੁਸੀਂ ਪ੍ਰੈਸ ਵਾਲੇ? ਵੇਖੋ 23 ਤਰੀਕ ਨੂੰ ਕੀ ਪਤਾ ਲੱਗਦਾ ਵਾ ਕੌਣ ਕਿੱਧਰ ਨੂੰ ਗਿਆ, ਬੜੀ ਸ਼ਾਨੋ ਸ਼ੌਕਤ ਨਾਲ ਜਾਖੜ ਸਾਹਿਬ ਜਿੱਤਣਗੇ। ਇਹ ਸਨ ਸਾਡੇ ਨਾਲ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸ਼ਾਨੋ ਸ਼ੌਕਤ ਦੇ ਨਾਲ ਜਿਹੜੀ ਹੈ ਇਹ ਇਲੈਕਸ਼ਨ ਜਿਹੜੀ ਹੈ ਇਹ ਜਿੱਤੀ ਜਾਏਗੀ। NRI ਮੀਡੀਆ ਦੇ ਲਈ ਰਿਸ਼ਪਾਲ ਸਿੰਘ ਬਾਟਾ।